ਕਿੰਨੀ ਖੁਸ਼ੀਆਂ ਨਾਲ ਭਰੀ ਹੋਈ ਸੀ ਮੇਰੀ ਜ਼ਿੰਦਗੀ, ਪਰ ਪਤਾ ਨਹੀਂ ਕਿਹਦੀ ਮਾੜੀ ਨਜ਼ਰ ਲੱਗੀ, ਸਭ ਕੁਛ ਟੁੱਟ ਕੇ ਬਿਖਰ ਗਿਆ। ਜਦੋਂ ਸਭ ਕੁਛ ਹੁੰਦੇ ਹੋਏ ਵੀ ਇਨਸਾਨ ਨੂੰ ਨਾ ਇਹ ਮਹਿਸੂਸ ਹੋਵੇ ਵੀ ਉਹਦੇ ਕੋਲ ਕੁਛ ਨਹੀਂ ਹੈਗਾ, ਤਾਂ ਉਹ ਇਨਸਾਨ ਨਾ ਹਾਰਿਆ ਹੋਇਆ ਇਨਸਾਨ ਹੁੰਦਾ। ਅਤੇ ਮੈਂ ਵੀ ਉਹ ਇੱਕ ਹਾਰੀ ਹੋਈ ਇਨਸਾਨ ਹਾਂ ਜਿਹੜੀ ਚਾਹ ਕੇ ਵੀ ਨਾ ਕੁਛ ਨਹੀਂ ਕਰ ਸਕਦੀ। ਮੇਰੀ ਜ਼ਿੰਦਗੀ ਵਿੱਚ ਅਜਿਹੀ ਪਾਣੀ 'ਚ ਮਧਾਣੀ ਪਈ ਆ ਨਾ, ਜਿਹੜੀ ਵੱਧਦੀ ਵੱਧਦੀ ਇੰਨੀ ਵੱਧ ਗਈ ਕਿ ਉਹਦਾ ਹੱਲ ਨਿਕਲਣਾ ਮੁਸ਼ਕਿਲ ਹੋ ਗਿਆ। ਇਹ ਕਹਾਣੀ ਵੀ ਇੱਕ ਅਜਿਹੀ ਔਰਤ ਦੀ ਆ। ਆਓ ਹੁਣ ਆਪਾਂ ਅੱਗੇ ਦੇਖੀਏ। ਮੰਮਾ ਮੰਮਾ ਮੰਮਾ। ਹਾਂ ਪੁੱਤ। ਮੈਨੂੰ ਪੈਸੇ ਦੇ ਦਿਓ, ਟੋਫੀਆਂ ਖਾਣੀਆਂ ਨੇ। ਨਾ ਪੁੱਤ, ਬਾਲੀਆਂ ਟੋਫੀਆਂ ਨਾ ਖਾਇਆ ਕਰ, ਦੰਦ ਖਰਾਬ ਹੋ ਜਾਣਗੇ। ਮੰਮਾ ਨਹੀਂ ਹੁੰਦੇ ਦੰਦ ਖਰਾਬ, ਦੇ ਦਿਓ। ਨਹੀਂ ਪੁੱਤ, ਜਿੱਦ ਨਹੀਂ ਕਰੀਦੀ। ਲੈ ਪੁੱਤ 10 ਰੁਪਏ, ਤੂੰ ਟੋਫੀਆਂ ਛੱਡ, ਚੋਕਲੇਟ ਖਾ ਜਾ ਕੇ। ਆ ਕੀ ਹੈ ਜੀ, ਏਦਾਂ ਤਾਂ ਤੁਸੀਂ ਨਾ ਆਪਣੇ ਮੁੰਡੇ ਨੂੰ ਚੰਬੜਾ ਲੈਣਾ। ਉਹ ਕਿਤੇ ਨੀ ਚੰਬਲਦਾ ਮੇਰਾ ਪੁੱਤ, ਚੱਲ ਜਾ ਕੇ ਖਾ ਲੈ ਪੁੱਤ, ਜਾ ਪੁੱਤ। ਥੈਂਕ ਯੂ ਪਾਪਾ। ਪੁੱਤ ਬਾਲੀ ਦੂਰ ਨਾ ਜਾਵੀ। ਠੀਕ ਆ ਮੰਮੀ। ਤੁਸੀਂ ਅੱਜ ਕੰਮ ਤੋਂ ਛੇਤੀ ਕਿਵੇਂ ਆ ਗਏ? ਉਹ ਕੁਛ ਨੀ ਯਾਰ, ਅੱਜ ਕੰਮ ਛੇਤੀ ਨਿਬੜ ਗਿਆ, ਮੈਂ ਛੇਤੀ ਆ ਗਿਆ। ਆ ਤਾਂ ਤੁਸੀਂ ਬਹੁਤ ਵਧੀਆ ਕੀਤਾ, ਮੈਨੂੰ ਨਾ ਬਾਜ਼ਾਰ ਦੇ 2-4 ਕੁ ਕੰਮ ਨੇ, ਤੁਸੀਂ ਮੈਨੂੰ ਬਾਜ਼ਾਰ ਲੈ ਚੱਲੋਗੇ? ਹਾਂ ਹਾਂ ਚੱਲ। ਨਾ ਕੀ ਗੱਲ, ਬਾਜ਼ਾਰ ਜਾਣ ਦੀ ਬਾਹਲੀ ਕਾਹਲੀ ਲੱਗੀ ਹੋਈ ਹੈ। ਆਹੋ ਮੁੰਡੇ ਕੋਲੇ ਤਾਂ ਵਾਧੂ ਪੈਸੇ ਆਏ ਹੋਏ ਨੇ ਜਿਹੜੇ ਉਡਾਉਣ ਜਾਣੇ ਨੇ। ਨਹੀਂ ਮੰਮੀ ਜੀ, ਕੋਈ ਵਾਧੂ ਪੈਸਾ ਨਹੀਂ ਉਡਾਉਂਦੇ, ਉਹ ਤਾਂ ਨਾ ਮੈਂ ਬਾਜ਼ਾਰ 'ਚ ਸੂਟਾਂ 'ਤੇ ਲਾਉਣ ਨੂੰ ਗੋਟੇ ਲੈਸਾਂ ਵਗੈਰਾ ਲੈ ਕੇ ਆਉਣੇ ਸੀਗੇ, ਉਹਦੇ ਕਰਕੇ ਬਾਜ਼ਾਰ ਜਾਣਾ ਸੀ। ਨਾ ਤੇਰਾ ਜਾਣਾ ਕਿ ਬਾਹਰ ਜ਼ਰੂਰੀ ਹੈ, ਉਹ ਮੁੰਡੇ ਨੂੰ ਦੱਸ ਦੇ, ਇਹ ਆਪ ਹੀ ਲੈ ਲੂਗਾ। ਮੰਮੀ ਇਹਨਾਂ ਨੂੰ ਕੀ ਪਤਾ ਵੀ ਮੈਨੂੰ ਕਿਹੋ ਜਿਹਾ ਸਮਾਨ ਚਾਹੀਦਾ ਕਿਹੋ ਜਿਹਾ ਨਹੀਂ। ਨਾ ਤੂੰ ਮੇਰੇ ਮੁੰਡੇ ਨੂੰ ਜਮੇ ਅਣਜਾਣ ਸਮਝਿਆ, ਉਈ ਬੋਲੀ ਜਾਂਦੀ ਹੈ। ਤੁਸੀਂ ਸਮਝਾਓ ਨਾ ਮੰਮੀ ਨੂੰ, ਉਹ ਜਿਹੜੀ ਚੀਜ਼ ਸੂਟ ਦੇ ਉੱਪਰ ਜਚੂਗੀ ਉਹੀ ਲਾਉਂਗੀ। ਮੰਮੀ ਨਾ ਹੁਣ ਤੂੰ ਇਹਦੇ ਮਗਰ ਲੱਗ ਕੇ ਮੈਨੂੰ ਬੋਲੇਗਾ? ਮੁੰਡਾ ਮੇਰੀ ਗੱਲ ਨਾ ਕੰਨ ਖੋਲ ਕੇ ਸੁਣ ਲਾ, ਮੈਨੂੰ ਨਾ ਇਹ ਭੋਰਾ ਪਸੰਦ ਨਹੀਂ, ਤੂੰ ਆਪਦੀ ਜਨਾਨੀ ਦੇ ਮਗਰ ਲੱਗ ਕੇ ਮੈਨੂੰ ਬੋਲੇ। ਲਿਆ ਮੈਨੂੰ ਕੜਾ ਪੈਸੇ, ਉਹ ਜਿਹੜਾ ਕੁਛ ਤੈਨੂੰ ਚਾਹੀਦਾ ਨਾ ਮੈਂ ਲਿਆ ਕੇ ਦਿੰਦੀ ਹਾਂ। ਰਹਿਣ ਦਿਓ ਮੰਮੀ ਜੀ, ਜੇ ਕਸਟਮਰਾਂ ਨੂੰ ਨਾ ਤੁਹਾਡੇ ਲਿਆਂਦੇ ਗੋਟੇ ਲੈਸਾਂ ਪਸੰਦ ਨਾ ਆਏ ਤਾਂ ਉਹਨਾਂ ਨੇ ਤਾਂ ਮੇਰੇ ਸਿਲਾਈ ਦੇ ਪੈਸੇ ਵੀ ਮਾਰ ਲੈਣੇ ਆ, ਮੈਂ ਉਹਨਾਂ ਨੂੰ ਸਿੰਪਲ ਸੂਟ ਹੀ ਸਿਉਂ ਕੇ ਦੇ ਦੂੰਗੀ। ਲੈ ਦੇਖ ਲੈ ਪੁੱਤ, ਆ ਗਈ ਨਾ ਇਹ ਹੁਣ ਲੈਣ ਤੇ, ਉਹ ਗੋਟੇ ਗੋਟੇ ਲਿਆਉਣੇ ਤਾਂ ਇਹਦੇ ਨਾ ਬਹਾਨੇ ਸੀ, ਅਸਲ 'ਚ ਇਹਨੇ ਬਾਜ਼ਾਰ 'ਚ ਘੁੰਮਣ ਜਾਣਾ ਸੀ। ਤੁਸੀਂ ਬੋਲਦੇ ਕਿਉਂ ਨੀ ਕੁਛ? ਨਾ ਇਹ ਕਿਉਂ ਬੋਲੂਗਾ ਜਦੋਂ ਮੈਂ ਤੈਨੂੰ ਕੁਛ ਗਲਤ ਕਿਹਾ ਹੀ ਨੀ। ਚੱਲ ਜਾ ਕੇ ਨਾ ਮੇਰੇ ਲਈ ਗਰਮ ਗਰਮ ਚਾਹ ਬਣਾ ਦੇ, ਮੇਰਾ ਇਹਨੇ ਸਿਰ ਦੁਖਣ ਲਾ ਤਾ। ਕੰਮ ਦੀ ਨਾ ਕਾਜ ਦੀ, ਦੁਸ਼ਮਣ ਅਨਾਜ ਦੀ। ਚਾਹ ਛੱਡੀ,
ਮੰਮੀ ਲਈ ਜਾ ਕੇ ਚਾਹ ਬਣਾ ਦੇ, ਨਹੀਂ ਮੰਮੀ ਗੁੱਸੇ ਹੋਣਗੇ। ਆਹੋ ਮੰਮੀ ਦੀ ਫਿਕਰ ਆ, ਮੇਰੀ ਨਹੀਂ। ਹਾਂਜੀ ਹਾਂਜੀ, ਤੁਹਾਡਾ ਸੂਟ ਨਾ ਕੱਲ੍ਹ ਤੱਕ ਤਿਆਰ ਹੋ ਜਾਣਾ। ਬਸ ਮੇਰੀ ਨਾ ਇੱਕ ਛੋਟੀ ਜਿਹੀ ਰਿਕੁਐਸਟ ਆ ਵੀ ਜਿਹੜਾ ਸੂਟ 'ਤੇ ਮਟੀਰੀਅਲ ਲਵਾਉਣਾ ਨਾ ਉਹ ਤੁਸੀਂ ਮੈਨੂੰ ਆਪ ਹੀ ਲੈ ਕੇ ਦੇ ਜਿਓ। ਕੀ ਗੱਲ, ਤੁਸੀਂ ਆਪ ਨਹੀਂ ਲੈ ਕੇ ਆਉਂਦੇ? ਜੀ ਮੇਰੇ ਤੋਂ ਨਾ ਦਰਅਸਲ ਬਾਜ਼ਾਰ ਜਾ ਨਹੀਂ ਹੋਣਾ, ਬਸ ਤਾਂ ਕਰਕੇ ਕਹਿ ਰਹੀ ਹਾਂ। ਚਲੋ ਕੋਈ ਗੱਲ ਨਹੀਂ, ਸੂਟ ਤੁਸੀਂ ਮੇਰਾ ਵਧੀਆ ਸਿਉਂ ਕੇ ਦੇ ਦਿਓ, ਸਮਾਨ ਮੈਂ ਤੁਹਾਨੂੰ ਆਪਦੇ ਆਪ ਲੈ ਕੇ ਦੇ ਦੂੰਗੀ। ਹਾਂਜੀ ਹਾਂਜੀ, ਸ਼ੁਕਰ ਆ, ਮੇਰੀ ਟੈਨਸ਼ਨ ਖਤਮ। ਪਤਾ ਨਹੀਂ ਕਿਹਦੇ ਨਾਲ ਗੱਲਾਂ ਮਾਰੀ ਜਾਂਦੀ ਹੈ, ਨਹੀਂ ਚਾਹ ਚੁੱਲ੍ਹੇ ਤੇ ਧਰੀ ਹੈ ਜਿਹੜੀ ਬਣੀ ਨਹੀਂ ਹਜੇ ਤੱਕ। ਆਈ ਮੰਮੀ, ਦੋ ਮਿੰਟ ਹੁਣੇ ਲੈ ਕੇ ਆਈ। ਆ ਗਈ ਮੰਮੀ, ਆ ਗਈ। ਆ ਲੈ ਮੰਮੀ ਚਾਹ। ਨਾ ਬੜੇ ਹੀ ਲਾ ਦੇ, ਉਹ ਦੋ ਘੁੱਟਾਂ ਚਾਹ ਬਣਾਉਣ ਨੂੰ ਇੰਨਾ ਟਾਈਮ ਲੱਗਦਾ? ਮੰਮੀ ਜੀ ਟਾਈਮ ਤਾਂ ਲੱਗਦਾ ਹੀ ਆ, ਚਾਹੇ ਦੋ ਘੁੱਟਾਂ ਚਾਹੇ ਇੱਕ ਗਲਾਸ ਆ। ਪਰ ਤੇਰੀ ਜਵਾਨ ਨਾ ਤੇਰੀ ਮਸ਼ੀਨ ਨਾ ਵੀ ਤੇਜ਼ ਚੱਲਦੀ ਆ, ਦੋ ਘੜੀ ਮਸ਼ੀਨ ਤਾਂ ਬੰਦ ਹੋ ਜੂ ਪਰ ਤੇਰੀ ਜਵਾਨ ਨਹੀਂ ਬੰਦ ਹੁੰਦੀ। ਮੰਮੀ ਜੀ ਤੁਹਾਨੂੰ ਪ੍ਰੋਬਲਮ ਕੀ ਆ ਮੇਰੇ ਕੱਪੜੇ ਸਿਉਣ ਤੋਂ? ਉਹ ਜੇ ਕੱਪੜੇ ਸਿਉਣੇ ਆ ਦੋ ਪੈਸੇ ਆਪਣੇ ਘਰੇ ਹੀ ਆਉਂਦੇ ਨੇ। ਬਸ ਆਹੀ ਉਹ ਆਹੀ ਗੱਲ ਤੇਰੀ ਮਾੜੀ ਆ, ਜੇ ਤੂੰ ਦੋ ਪੈਸੇ ਕਮਾਉਣੀ ਆ ਤਾਂ ਤੂੰ ਸਾਨੂੰ ਗੱਲਾਂ ਸੁਣਾਉਣੀਆਂ। ਉਹ ਸਾਨੂੰ ਨਹੀਂ ਤੇਰੀ ਕਮਾਈ ਦੀ ਲੋੜ, ਸਾਨੂੰ ਤਾਂ ਸਾਡੇ ਮੁੰਡੇ ਦੀ ਕਮਾਈ ਬਥੇਰੀ ਆ। ਉਹ ਪਾਣੀ ਵਰਗੀ ਚਾਹ ਬਣਾ ਕੇ ਲਿਆਈ ਆ, ਐਂ ਲੱਗਦਾ ਜਿਵੇਂ ਪਾਣੀ ਜੀ ਦੁੱਧ ਚਾਹ ਪੱਤੀ ਪਾਤੀ। ਨਾ ਹੋਰ ਤੂੰ ਮੇਰੇ ਕੰਨੀ ਬਿਟਰ ਬਿਟਰ ਕੀ ਜਾਗਦੀ ਆ, ਆ ਚੱਕ ਦੁਬਾਰਾ ਜਾ ਕੇ ਗਰਮ ਕਰਕੇ ਲਿਆ। ਮੈਂ ਪਤਾ ਨਹੀਂ ਮੰਮੀ ਜੀ ਦਾ ਕੀ ਵਿਗਾੜਿਆ, ਜਿਹੜਾ ਮੰਮੀ ਜੀ ਮੈਨੂੰ ਕਦੇ ਸਿੱਧੇ ਮੂੰਹ ਬੁਲਾਉਂਦੇ ਹੀ ਨਹੀਂ। ਸ਼ੈਲੀ ਕੀ ਹੋ ਗਿਆ? ਉਹ ਹੁਣ ਤੂੰ ਮੇਰੇ ਨਾਲ ਵੀ ਨਹੀਂ ਬੋਲੇਂਗੀ? ਹੁਣ ਬੜੀ ਪਰਵਾਹ ਮੇਰੀ, ਜਦੋਂ ਮੰਮੀ ਜੀ ਮੈਨੂੰ ਬੋਲ ਰਹੇ ਸੀ ਉਦੋਂ ਤੁਸੀਂ ਕੁਛ ਕਿਉਂ ਨਹੀਂ ਬੋਲੇ? ਉਹ ਯਾਰ ਤੈਨੂੰ ਮੰਮੀ ਦੇ ਸੁਭਾਅ ਦਾ ਤਾਂ ਪਤਾ ਹੈ ਨਾ, ਜੇ ਮੈਂ ਕੁਛ ਬੋਲ ਪੈਂਦਾ ਤਾਂ ਮੰਮੀ ਨੇ ਸਾਰਾ ਘਰ ਹੀ ਸਿਰ 'ਤੇ ਚੱਕ ਲੈਣਾ ਸੀ।
ਓਏ ਮੇਰੀ ਮਾਂ ਹੈ ਤੇ ਤੂੰ ਮੇਰੀ ਘਰ ਵਾਲੀ, ਮੈਨੂੰ ਤਾਂ ਦੋਨੇ ਪਾਸੇ ਦੀਆਂ ਸੁਣਨੀਆਂ ਪੈਣੀਆਂ ਨੇ ਨਾ। ਨਾ ਮੈਂ ਤੈਨੂੰ ਕੁਛ ਕਹਿ ਸਕਦਾ, ਨਾ ਮੈਂ ਮੇਰੀ ਮਾਂ ਨੂੰ। ਨਾਲੇ ਤੂੰ ਸ਼ੁਕਰ ਮਨਾ, ਮੇਰੀ ਮਾਂ ਮੇਰੀ ਦਾਦੀ ਵਰਗੀ ਨਹੀਂ। ਮੇਰੀ ਦਾਦੀ ਨਾ ਮੇਰੀ ਮਾਂ ਨੂੰ ਟਿਕਣ ਵੀ ਨਹੀਂ ਦਿੰਦੀ ਸੀ ਤੇ ਨਾ ਮੂਹਰੇ ਖੰਘਣ। ਪਰ ਕੋਈ ਕੱਚ ਵੀ ਨਹੀਂ ਛੱਡੀ ਹੋਈ ਤੁਹਾਡੀ ਮਾਂ ਨੇ ਤੁਹਾਡੀ ਦਾਦੀ ਬਣਨ ਦੀ। ਆਏ ਕੀ ਦੇਖਦੇ ਹੋ, ਮੈਂ ਕੁਛ ਗਲਤ ਨਹੀਂ ਕਿਹਾ। ਤੁਹਾਨੂੰ ਨਹੀਂ ਪਤਾ ਮੈਂ ਅੱਜ ਕਸਟਮਰ ਨੂੰ ਕਿਵੇਂ ਮਨਾਇਆ। ਇਹ ਤਾਂ ਰੱਬ ਦਾ ਸ਼ੁਕਰ ਆ ਵੀ ਉਹ ਮੰਨ ਗਈ, ਨਹੀਂ ਪਤਾ ਨਹੀਂ ਮੇਰਾ ਕੀ ਬਣਨਾ ਸੀ। ਲੈ ਜੇ ਹੱਲ ਨਿਕਲ ਗਿਆ ਫਿਰ ਤੂੰ ਮੂੰਹ ਕਿਉਂ ਬਣਾਈ ਬੈਠੀ ਹੈ। ਪਤਾ ਹੀ ਆ ਤੁਹਾਨੂੰ, ਕੁਛ ਦੱਸਣ ਦੀ ਲੋੜ ਨਹੀਂ ਹੈਗੀ ਮੈਨੂੰ। ਓ ਸੋਰੀ ਯਾਰ, ਮੰਮੀ ਕੰਨਿਓ ਮੈਂ ਮਾਫੀ ਮੰਗਦਾ। ਨਾਲੇ ਨਾ ਤੂੰ ਮੰਮੀ ਦੀ ਗੱਲ ਦਾ ਗੁੱਸਾ ਨਾ ਮੰਨਿਆ ਕਰ। ਠੀਕ ਆ ਠੀਕ ਆ, ਹੁਣ ਜਾ ਕੇ ਨਾ ਪੈ ਜਾਵੋ, ਸਵੇਰੇ ਕੰਮ ਤੇ ਵੀ ਤਾਂ ਜਾਣਾ ਹੋ। ਹਾਂ ਜਾਣਾ ਤਾਂ ਹੈ, ਤੂੰ ਵੀ ਹੁਣ ਪੈ ਜਾ। ਮੈਂ ਸੂਟ ਨਾ ਸਵੇਰੇ ਦੇਣਾ ਵਾ, ਇਹਦੀ ਤਰਪਾਈ ਕਰਕੇ ਪਾਉਂਗੀ, ਤੁਸੀਂ ਪੈ ਜਾਓ ਆਰਾਮ ਨਾਲ। ਚੱਲ ਠੀਕ ਹੈ। ਮੰਮਾ, ਬੜੇ ਮੰਮਾ ਨੂੰ ਭੁੱਖ ਲੱਗੀ ਆ, ਉਹ ਕਹਿੰਦੇ ਰੋਟੀ ਦੇ ਦਿਓ। ਪੁੱਤ ਬੜੇ ਮੰਮਾ ਨੂੰ ਕਹਿ ਦੇ ਵੀ ਮੰਮਾ ਹਜੇ ਝਾੜੂ ਕੱਢ ਰਹੇ ਨੇ, ਝਾੜੂ ਕੱਢ ਕੇ ਬਣਾ ਦਿੰਦੇ ਨੇ ਰੋਟੀ। ਆਹੋ ਬੰਦਾ ਜਿਹਾ ਭੁੱਖਾ ਰਹਿ ਜੇ, ਤੇਰਾ ਝਾੜੂ ਕੱਢਣਾ ਬਹੁਤ ਜ਼ਰੂਰੀ ਆ। ਮੰਮੀ ਥੋੜਾ ਜਿਹਾ ਹੌਲੀ ਬੋਲੋ, ਉਹ ਗਵਾਂਢੀ ਕੀ ਕਹਿਣਗੇ। ਉਹਨਾਂ ਨੇ ਕੀ ਕਹਿਣਾ, ਵਧੀਆ ਹੀ ਆ, ਉਹਨਾਂ ਨੂੰ ਵੀ ਪਤਾ ਲੱਗੇ ਤੂੰ ਸਾਨੂੰ ਕਿਵੇਂ ਭੁੱਖਾ ਰੱਖਦੀ ਆ। ਸਾਹਿਬ ਪੁੱਤ ਤੂੰ ਜਾ। ਮੰਮੀ ਜਵਾਕ ਸਾਹਮਣੇ ਤੁਹਾਨੂੰ ਬੋਲੋ, ਉਹ ਕੀ ਸੋਚੂਗਾ। ਜੋ ਸੋਚਦਾ ਨਾ ਸੋਚੀ ਜਾਣ ਦੇ, ਤੂੰ ਨਾ ਮੈਨੂੰ ਬਾਹਲੀਆਂ ਮੱਤਾਂ ਨਾ ਦੇ। ਮੰਮੀ ਜੀ ਇਹ ਚ ਮੱਤ ਵਾਲੀ ਤਾਂ ਕੋਈ ਗੱਲ ਹੀ ਨਹੀਂ, ਉਹ ਜੋ ਜਵਾਕ ਦੇ ਸਾਹਮਣੇ ਹੋ ਰਿਹਾ ਉਹ ਤਾਂ ਉਹੀ ਸਿੱਖੂਗਾ ਜੋ ਸਿੱਖਦਾ ਨਾ ਸਿੱਖੀ ਜਾਵੇ। ਉਹ ਕੀ ਹੋ ਗਿਆ, ਬਾਹਰੇ ਖੜ ਕੇ ਕਿਉਂ ਬੋਲੀ ਜਾਂਦੇ ਹੋ। ਆ ਦੇਖ ਲਾ, ਉਹ ਰੋਟੀ ਦਾ ਤਾਂ ਟਾਈਮ ਹੋਇਆ ਪਿਆ, ਇਹਨੂੰ ਝਾੜੂ ਲਾਉਣਾ ਸਮਝ ਰਿਹਾ, ਉਹ ਮੇਰੇ ਤਾਂ ਭੁੱਖ ਨਾਲ ਕੋਗੜੂ ਹੋਏ ਪਏ ਨੇ। ਮੰਮੀ ਜੀ ਆ ਥੋੜਾ ਜਿਹਾ ਝਾੜੂ ਕੱਢਣਾ ਤਾਂ ਰਹਿ ਗਿਆ, ਉਹ 5 ਮਿੰਟ ਤਾਂ ਵੇਟ ਕਰ ਸਕਦੇ ਹੋ ਤੁਸੀਂ। ਦੇਖ ਲਾ ਪੁੱਤ, ਜਿਹੜੀ ਮੈਨੂੰ ਰੋਟੀ ਨਹੀਂ ਟਾਈਮ ਤੇ ਦੇ ਸਕਦੀ ਮੈਂ ਉਹਦਾ ਨਾ ਕੀ ਉਮੀਦਾਂ ਨਾਲ। ਸ਼ੈਲੀ ਛੱਡ ਦੇ ਝਾੜੂ। ਜੀ ਤੁਸੀਂ ਤਾਂ ਸਮਝ ਲਓ ਆ ਇੰਨਾ ਕੀ ਰਹਿ ਗਿਆ, ਇੰਨੇ ਪਿੱਛੇ ਮੈਨੂੰ ਫੇਰ ਹੱਥ ਲਵੇੜਨੇ ਪੈਣੇ ਆ। ਪੁੱਤ ਇਹ ਨਹੀਂ ਦਿੰਦੀ ਆਪਾਂ ਨੂੰ ਅੱਜ ਰੋਟੀ। ਬਹੁਤ ਹੋ ਗਿਆ ਤੇਰਾ, ਚੱਲ ਜਾ ਕੇ ਰੋਟੀ ਬਣਾ।